ਤੇ ਪਿਆਰੇ ਬੱਚਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਤੇ ਪਿਆਰੇ ਬੱਚਿਓ ਹੁਣ ਜਿਹੜੇ 1st ਤੋਂ ਲੈ ਕੇ 5th ਦੇ ਫਾਈਨਲ ਐਗਜ਼ਾਮ ਚੱਲ ਰਹੇ ਆ ਉਹਨਾਂ ਦੇ ਮਾਡਲ ਪੇਪਰ ਦੀਆਂ ਵੀਡੀਓ ਆਪਾਂ ਡੇਲੀ ਅਪਲੋਡ ਕਰਦੇ ਆ ਹੁਣ 5th ਦੇ ਜਿਹੜੇ ਮਾਡਲ ਪੇਪਰ EVS ਦੇ ਉਹ ਅਪਲੋਡ ਕਰ ਚੁੱਕੇ ਆ 4th ਦਾ ਹਿੰਦੀ ਦਾ ਵੀ ਅਪਲੋਡ ਹੋ ਗਿਆ ਤੇ ਹੁਣ ਆਪਾਂ ਕਰਾਂਗੇ 3rd ਕਲਾਸ ਦਾ ਪੰਜਾਬੀ ਦਾ ਮਾਡਲ ਪੇਪਰ 1 ਤੇ ਇਸ ਦੇ ਨਾਲ ਹੀ ਮਾਰਨਿੰਗ ਸਲਾਈਡ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਸਾਰੇ ਬੱਚੇ ਮਾਰਨਿੰਗ ਸਲਾਈਡ ਜਰੂਰ ਦੇਖਿਆ ਕਰੋ ਉਹਦਾ ਜਿਹੜਾ ਉਹਦੇ ਨਾਲ ਤੁਹਾਡੀ ਨੌਲੇਜ ਦੇ ਵਿੱਚ ਕਾਫੀ ਵਾਧਾ ਹੁੰਦਾ ਹੈ ਤੇ ਸਾਰਾ ਦਿਨ ਬਹੁਤ ਵਧੀਆ ਨਿਕਲਦਾ ਹੈ ਤੇ ਹੁਣ ਆਪਾਂ ਕਰਾਂਗੇ ਪੰਜਾਬੀ ਦਾ ਸੈਂਪਲ ਪੇਪਰ 1 ਤਾਂ ਪਹਿਰੇ ਬੱਚੋ ਕਲਾਸ 3 ਮੁਲਿਆੰਕਣ ਪੇ ਪ੍ਰਸ਼ਨ ਪੱਤਰ 2023-24 ਜਮਾਤ ਤੀਜੀ ਇੱਥੇ ਤੁਸੀਂ ਸਕੂਲ ਦਾ ਨਾਮ ਆਪਣਾ ਨਾਮ ਤੇ ਜਮਾਤ ਲਿਖਣੀ ਹੈ ਟੋਟਲ 80 ਨੰਬਰ ਦਾ ਜਿਹੜਾ ਪੇਪਰ ਹੋਏਗਾ ਸਭ ਤੋਂ ਪਹਿਲੇ ਇਸ ਤਰ੍ਹਾਂ ਤਸਵੀਰ ਦਿੱਤੀ ਹੋਏਗੀ ਜਿਹੇ ਪੰਜ ਅੰਕਾਂ ਦਾ ਇਹ ਹੈਗਾ ਦਿੱਤੀ ਹੋਈ ਤਸਵੀਰ ਦੇਖ ਕੇ ਪੰਜ ਸ਼ਬਦ ਲਿਖਨੇ ਤਸਵੀਰ 'ਚ ਤੁਹਾਨੂੰ ਕੀ ਕੀ ਦਿਖ ਰਿਹਾ ਹੈ ਪਹਿਲੇ ਨੰਬਰ ਤੇ ਤੁਹਾਨੂੰ ਕੀ ਦਿਖ ਰਿਹਾ ਹੈ ਕਬੂਤਰ ਇਧਰ ਕੀ ਦਿਖ ਰਿਹਾ ਹੈ ਤੁਹਾਨੂੰ ਕੁੜੀ ਹੋਰ ਤੁਹਾਨੂੰ ਕੀ ਦਿਖ ਰਿਹਾ ਹੈ ਜਿਹੜਾ ਘਰ ਘਰ ਦਿਖ ਰਿਹਾ ਹੈ ਉਸ ਤੋਂ ਬਾਅਦ ਬੱਦਲ ਦਿਖ ਰਿਹਾ ਹੈ ਬੱਦਲ ਹੋਰ ਤੁਹਾਨੂੰ ਕੀ ਦਿਖ ਰਿਹਾ ਹੈ ਦਰਵਾਜ਼ਾ ਜਿਹੜੇ ਪੰਜ ਸ਼ਬਦ ਤੁਸੀਂ ਲਿਖ ਲੈਣੇ ਆ ਤਸਵੀਰ ਨੂੰ ਦੇਖ ਕੇ ਤੇ ਉਸ ਤੋਂ ਬਾਅਦ ਦਿੱਤੇ ਗਏ ਅੱਖਰ ਤੋਂ ਸ਼ਬਦ ਬਣਾਉਣੇ ਆ ਸ ਸੇ ਅੱਖਰ ਤੋਂ ਕੋਈ ਵੀ ਜਿਹੜੇ ਪੰਜ ਸ਼ਬਦ ਬਣਾਉਣੇ ਆ ਪੰਜ ਨੰਬਰ ਦਾ ਇਹ ਹੋਊਗਾ ਸ ਸੇ ਤੋਂ ਜਿੱਦਾਂ ਤੁਸੀਂ ਸਕੂਲ ਲਿਖ ਲਓ ਸ ਸੇ ਤੋਂ ਸਰ ਲਿਖ ਲਓ ਸ ਸੇ ਤੋਂ ਸਰਕਸ ਲਿਖ ਲਓ ਸ ਸੇ ਤੋਂ ਸਮਾਨ ਲਿਖ ਲਓ ਤੇ ਸ ਸੇ ਤੋਂ ਸਾਗਰ ਲਿਖ ਲੋ ਇਹ ਜਿਹੜੇ ਪੰਜ ਵਰਡ ਪੰਜਾਬੀ ਦੇ ਪੰਜ ਸ਼ਬਦ ਹੋ ਗਏ ਤੁਹਾਡੇ ਸਸੇ ਤੋਂ ਤੇ ਇਥੇ ਪੰਜ ਨੰਬਰ ਦੇ ਇਹ ਹੋ ਜਾਣਗੇ ਉਸ ਤੋਂ ਬਾਅਦ ਪਪਾ ਅੱਖਰ ਦੀ ਮਹਾਰਨੀ ਲਿਖਣੀ ਹੈ ਤਾਂ ਪਿਆਰੇ ਬੱਚੋ ਪਪੇ ਅੱਖਰ ਦੀ ਜਿਹੜੀ ਮਹਾਰਨੀ ਆ ਉਹ ਤੁਸੀਂ ਕਰ ਲੈਣੀ ਹੈ ਮਹਾਰਨੀ ਸਾਰੇ ਅੱਖਰਾਂ ਦੀ ਤੁਹਾਨੂੰ ਜਿੱਦਾਂ ਕਰਾਈ ਗਏ ਜਿੱਦਾਂ ਪਪਾ ਪਹਿਲੇ ਮੁਕਤਪ ਫਿਰ ਪਾ ਫਿਰ ਪੀ ਫਿਰ ਪੀ ਫਿਰ ਪੂ ਫਿਰ ਪੂ ਫਿਰ ਪੇ ਪੈ ਪੰ ਪੰ ਪਾ ਇਹ ਜਿਹੜੀਆਂ 10 ਮਾਤਰਾ ਲਾ ਕੇ ਤੁਸੀਂ ਪੱਪੇ ਦੀ ਮੋਹਰਨੀ ਜਿਹੜੀ ਇੱਥੇ ਲਿਖ ਦੇਣੀ ਹੈ 3 ਨੰਬਰ ਦੀ ਹੋਊਗੀ ਤੇ ਉਸ ਤੋਂ ਬਾਅਦ ਸੋਚੋ ਅਤੇ ਲਿਖੋ ਇਹਦੇ ਵਿੱਚ ਕੀ ਹੈ ਜਿਹੜੇ ਹੁੰਦੇ ਆ ਰਾਈਮਿੰਗ ਵਰਡ ਆਪਾਂ ਕਹਿੰਦੇ ਆ ਇੰਗਲਿਸ਼ ਦੇ ਵਿੱਚ ਪਰ ਪੰਜਾਬੀ ਦੇ ਵਿੱਚ ਮਿਲਦੇ ਜੁਲਦੇ ਸ਼ਬਦ ਕਹਿੰਦੇ ਆ ਜਿਵੇਂ ਆਲੂ ਮਾਲੂ ਕਾਲੂ ਉਸ ਤਰ੍ਹਾਂ ਜੋਰ ਸ਼ੋਰ ਮੋਰ ਉਸ ਤੋਂ ਬਾਅਦ ਜ਼ਰੂਰ ਜ਼ਰੂਰ ਤੋਂ ਬਾਅਦ ਮਜਬੂਰ ਥੋੜੀ ਜਿਹੀ ਦੱਗਦੇ ਹਾਂ ਸਰੂਰ ਇਸ ਤਰ੍ਹਾਂ ਜਿਹੜੇ ਦੋ ਵਰਡ ਲਿਖਦੇ ਨੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਆਵਾਜ਼ਾਂ ਨੂੰ ਅਲੱਗ-ਅਲੱਗ ਕਰਨਾ ਜਿਵੇਂ ਫੁੱਲ ਨੂੰ ਹੂ ਤੇ ਲਾ ਦੀ ਆਵਾਜ਼ ਤੇ ਅਲੱਗ-ਅਲੱਗ ਕੀਤਾ ਇਦਾਂ ਦਾਦੇ ਨੂੰ ਦਾ ਦਾ ਦੋਨੋਂ ਅਲੱਗ-ਅਲੱਗ ਕਰਨੇ ਆ ਉਸ ਤੋਂ ਬਾਅਦ ਤਾ ੜੀ ਉਸ ਤੋਂ ਬਾਅਦ ਅ ਬ ਉਸ ਤੋਂ ਬਾਅਦ ਫਿਰ ਸਹੀ ਤੁਣੀ ਚੁਣ ਕੇ ਖਾਲੀ ਥਾਂ ਭਰਨੀ ਹੈ ਜਿਵੇਂ ਬਕ ਬਕ ਦੇ ਨਾਲ ਰੀ ਲਾਵਾਂਗੇ ਤੇ ਜਿਹੜਾ ਬੱਕਰੀ ਬਣ ਜਾਏਗਾ ਪਹਿਲੇ ਵਾਲਾ ਟਿਕ ਕਰ ਲੈਣਾ ਹੈ ਕਚੂਮਰ ਦੂਸਰੇ ਵਾਲਾ ਟਿਕ ਕਰੋਗੇ ਤੇ ਕਚੂਮਰ ਉਸ ਤੋਂ ਬਾਅਦ ਵਡਿਆਈਆਂ ਦੂਸਰੇ ਵਾਲਾ ਟਿਕ ਕਰੋਗੇ ਆ ਉਸ ਤੋਂ ਬਾਅਦ ਛੱਡਿਆ ਫੇਲਾ ḍi ਆ ਜਾਏਗਾ ਤੇ ਉਸ ਤੋਂ ਬਾਅਦ ਛਤਰੀ ਦੀ ਤਸਵੀਰ ਬਣਾ ਕੇ ਰੰਗ ਭਰੋ ਤੇ ਉਸ ਬਾਰੇ ਦੋ ਵਾਕ ਲਿਖੋ ਇੱਥੇ ਤੁਸੀਂ ਛਤਰੀ ਦੀ ਤਸਵੀਰ ਬਣਾਓਗੇ ਰੰਗ ਭਰੋਗੇ ਉਸ ਤੋਂ ਬਾਅਦ ਛਤਰੀ ਸਾਨੂੰ ਬਾਰਿਸ਼ ਤੋਂ ਬਚਾਉਂਦੀ ਹੈ ਤੇ ਛਤਰੀ ਸਾਨੂੰ ਧੁੱਪ ਤੋਂ ਬਚਾਉਂਦੀ ਹੈ ਇਹ ਦੋ ਵਾਕ ਲਿਖ ਲੈਣੇ ਤੇ ਉਸ ਤੋਂ ਬਾਅਦ ਇਹ ਆ ਜਾਣਾ ਇੱਕ ਪੈਰਾ ਪੜ੍ਹਨਾ ਹੈ ਤੇ ਇਹਦੇ ਵਿੱਚੋਂ ਜਿਹੜੇ ਕੁਐਸਚਨ ਕਰਨੇ ਆ ਪੈਰਾ ਪੜ੍ਹੋਗੇ ਟੀਨਾ ਮੈਦਾਨ ਵਿੱਚ ਖੇਡਣ ਜਾਂਦੀ ਹੈ ਉੱਥੇ ਅੰਮ੍ਰਿਤ ਦਾ ਇੱਕ ਦਰਖਤ ਹੈ ਦਰਖਤ ਤੇ ਇੱਕ ਤੋਤਾ ਰਹਿੰਦਾ ਹੈ ਟੀਨਾ ਉਸ ਨੂੰ ਮਿਰਚ ਖਾਉਂਦੀ ਹੈ ਤੋਤਾ ਚੁੰਝ ਮਾਰ ਕੇ ਅਮਰੂਦ ਸੁੱਟਦਾ ਹੈ ਟੀਨਾ ਮ제 ਨਾਲ ਅਮਰੂਦ ਖਾਂਦੀ ਹੈ ਪਹਿਲਾ ਕੀ ਹੈ ਦਰਖਤ ਉਤੇ ਕੀ ਰਹਿੰਦਾ ਹੈ ਤੇ ਦਰਖਤ ਉਤੇ ਇੱਕ ਤੋਤਾ ਰਹਿੰਦਾ ਹੈ ਉਸ ਤੋਂ ਬਾਅਦ ਟੀਨਾ ਕਿੱਥੇ ਖੇਡਣ ਜਾਂਦੀ ਹੈ ਤੇ ਉਹ ਜਿਹੜਾ ਮੈਦਾਨ ਵਿੱਚ ਖੇਡਣ ਜਾਂਦੀ ਹੈ ਖਾਲੀ ਤਾਂ ਭਰਨੀ ਹੈ ਤੋਤਾ ਡੈਸ਼ ਮਾਰ ਕੇ ਅਮਰੂਦ ਸੁੱਟਦਾ ਹੈ ਤੇ ਕੀ ਚੁੰਝ ਮਾਰ ਕੇ ਉਸ ਬਾਅਦ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਟੀਨਾ ਅਮਰੂਦ ਖਾ ਕੇ ਖੁਸ਼ ਨਹੀਂ ਹੋਈ ਪਰ ਉਹ ਖੁਸ਼ ਹੋ ਗਈ ਸੀ ਇਹਦਾ ਮਤਲਬ ਕੀ ਹੈ ਕਰਾਸ ਹੈ ਉਸ ਬਾਅਦ ਟੀਨਾ ਤੋਤੇ ਨੂੰ ਕੀ ਖਵਾਉਂਦੀ ਹੈ ਟੀਨਾ ਉਸ ਨੂੰ ਮਿਰਚੀ ਖਵਾਉਂਦੀ ਹੈ ਇਸ ਤੋਂ ਅੱਗੇ ਫਿਰ ਇੱਕ ਪੈਰਾ ਦਿੱਤਾ ਹੋਇਆ ਹੈ ਪੈਰੇ ਦੇ ਵਿੱਚ ਉਹ ਫਿਰ ਕੁਐਸਚਨ ਲੱਭਣੇ ਆ ਤੁਸੀਂ ਤੇ ਇਹ ਪੈਰਾ ਪੜੋਗੇ ਇਹ ਪੈਰਾ ਕੀ ਹੈ ਮਾਤਾ ਜੀ ਟੈਲੀਵਿਜ਼ਨ ਦੇਖ ਰਹੇ ਸਨ ਉਸ ਉੱਤੇ ਸ੍ਰੀ ਹਰਮੰਦਰ ਸਾਹਿਬ ਤੋਂ ਕੀਰਤਨ ਆ ਰਿਹਾ ਸੀ ਹਰਮਨ ਨੇ ਕੋਲ ਬੈਠਦੇ ਆ ਪੁੱਛਿਆ ਮਾਤਾ ਜੀ ਅਸੀਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਕਦੋਂ ਜਾਣਾ ਹੈ ਮਾਤਾ ਜੀ ਨੇ ਪਿਆਰ ਨਾਲ ਕਿਹਾ ਪੁੱਤਰ ਆਪਾਂ ਵੀ ਛੇਤੀ ਹੀ ਦਰਸ਼ਨ ਕਰਨ ਜਾਵਾਂਗੇ ਉੱਥੇ ਯਾਤਰੀਆਂ ਦੇ ਠਹਿਰਨ ਲਈ ਸਰਾਵਾਂ ਬੜੀਆਂ ਹੋਈਆਂ ਹਨ ਸ਼ਾਮ ਨੂੰ ਜਦੋਂ ਤੇਰੇ ਪਿਤਾ ਜੀ ਆਉਣਗੇ ਤਾਂ ਆਪਾਂ ਉਹਨਾਂ ਨਾਲ ਸਲਾਹ ਕਰ ਲਵਾਂਗੇ ਤੇ ਪਹਿਲਾਂ ਕੀ ਹੈ ਟੈਲੀਵਿਜ਼ਨ ਕੌਣ ਦੇਖ ਰੇ ਸਨ ਤੇ ਉਹ ਮਾਤਾ ਜੀ ਉਸ ਤੋਂ ਬਾਅਦ ਕੀਰਤਨ ਕਿੱਥੋਂ ਆ ਰਿਹਾ ਸੀ ਸ੍ਰੀ ਹਰਮੰਦਰ ਸਾਹਿਬ ਤੋਂ ਇਹੜਾ ਆਪਸ਼ਨ ਫਿਰ ਮਾਤਾ ਜੀ ਨੇ ਹਰਮਨ ਦੇ ਸਵਾਲ ਦਾ ਜਵਾਬ ਡੈਸ਼ ਨਾਲ ਦਿੱਤਾ ਕਿਸ ਨਾਲ ਦਿੱਤਾ ਪਿਆਰ ਨਾਲ ਇੱਥੇ ਕੀ ਲਿਖੋਗੇ ਪਿਆਰ ਉਸ ਤੋਂ ਬਾਅਦ ਸਹੀ ਜਾਂ ਗਲਤ ਦਾ ਨਿਸ਼ਾਨਾ ਸ੍ਰੀ ਹਰਮੰਦਰ ਸਾਹਿਬ ਜਾਣ ਲਈ ਦਾਦਾ ਜੀ ਨਾਲ ਸਲਾਹ ਕਰਨੀ ਸੀ ਬਿਲਕੁਲ ਸਹੀ ਨਹੀਂ ਦਾਦਾ ਜੀ ਨਾਲ ਨਹੀਂ ਆਪਣੇ ਪਿਤਾ ਜੀ ਨਾਲ ਕਰਨੀ ਸੀ ਇਹ ਕ੍ਰੋਸ ਆ ਜਾਏਗਾ ਉਸ ਬਾਅਦ ਸ੍ਰੀ ਹਰਮੰਦਰ ਸਾਹਿਬ ਵਿੱਚ ਯਾਤਰੀਆਂ ਦੇ ਠਹਿਰਨ ਲਈ ਕੀ ਬਣੀਆਂ ਹੋਇਆ ਹੈ ਸਰਾਮਾ ਜਿੱਥੇ ਆ ਲਿਖੋਗੇ ਉੱਥੇ ਯਾਤਰੀਆਂ ਦੇ ਠਹਿਰਨ ਲਈ ਸਰਾਮਾ ਬਣੀਆਂ ਹੋਈਆਂ ਹਨ ਇੱਥੇ ਤੱਕ ਜਿਹੜਾ ਤੁਸੀਂ ਇਹ ਲਿਖ ਲੂਗੇ ਉਸ ਤੋਂ ਬਾਅਦ ਕਰੀਮੂ ਕੋਈ ਗੁਣ ਗਿਣਾਉਣ ਲੱਗਾ ਕੀ ਗਿਣੋਣ ਗੁਣ ਗਿਣਾਉਣ ਲੱਗਿਆ ਸੀ ਗੀਤ ਉਸ ਤੋਂ ਬਾਅਦ ਸਾਰੇ ਡੈਸ਼ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ ਸਾਰੇ ਚੰਗੇ ਬੱਚੇ ਰਜਾਨਾ ਸਕੂਲ ਜਾਂਦੇ ਹਨ ਤੀਸਰਾ ਡੈਸ਼ ਆਪਣੀ ਥਾਂ ਤੇ ਹਿੱਲ ਨਹੀਂ ਸੀ ਰਿਆ ਸਾਈਕਲ ਤੇ ਉਸ ਤੋਂ ਬਾਅਦ ਚੌਥਾ ਹਰ ਸਿਪਾਈ ਡੈਸ਼ ਜਾਂਦਾ ਹੈ ਕਾਨੂੰਨ ਜਾਂਦਾ ਹੈ ਉਸ ਤੋਂ ਅੱਗੇ 3 ਨੰਬਰ ਦੇ ਜਿਹੜੇ ਠੀਕ ਗਲਤ ਹੋਣਗੇ ਇਹਨਾਂ ਨੂੰ ਕਰਨਾ ਹੈ ਧਰਤੀ ਨੂੰ ਹਰਾ ਭਰਾ ਰੱਖਣ ਲਈ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ ਗਲਤ ਹੈ ਉਸ ਤੋਂ ਬਾਅਦ ਸਾਨੂੰ ਹਰੀ ਬੱਤੀ ਹੋਣ ਤੇ ਚੱਲਣਾ ਚਾਹੀਦਾ ਹੈ ਸਹੀ ਉਸ ਤੋਂ ਬਾਅਦ ਡਾਕਖਾਨੇ ਵਿੱਚ ਦਵਾਈਆਂ ਮਿਲਦੀਆਂ ਹਨ ਗਲਤ ਅੱਗੇ ਆਪਾਂ ਇਹਨਾਂ ਨੂੰ ਕੀ ਹੈ ਮਿਲਾਨ ਕਰਨੇ ਹੈ ਦਿੱਤੇ ਗਏ ਸ਼ਬਦਾਂ ਦਾ ਅਰਥ ਨਾਲ ਮਿਲਾਨ ਕਰੋ ਮਿੱਤਰ ਦੋਸਤ ਵੀਰ ਭਰਾ ਬੜਾ ਬਹੁਤ ਇਧਰ ਸਮਝੋ ਤੇ ਕਰੋ ਚਾਚਾ ਦਾ ਚਾਚੀ ਦਾਦਾ ਦਾ ਦਾਦੀ ਤੇ ਥੱਲੇ ਮਾਮਾ ਦਾ मामੀ ਇਸ ਤਰ੍ਹਾਂ ਹੀ ਇਧਰ ਕਰਨੇ ਆ ਜਿੱਦਾਂ ਵਿਰੋਧੀ ਸ਼ਬਦ ਹੈ ਵੱਡਾ ਛੋਟਾ ਅੰਦਰ ਬਾਹਰ ਦਿਨ ਤੇ ਰਾਤ ਉਦਾਂ ਹੀ ਇਧਰ ਹੈ ਇਹ ਹੁਣ ਗਿਆ ਬਹੁਵਚਨ ਬਣਾਇਆ ਦਾਣਾ ਦਾਣੇ ਹੀਰਾ ਹੀਰੇ ਬੱਚਾ ਬੱਚੇ ਇਹ ਸੋਗੇ 16 ਨੰਬਰ 'ਚ ਦੇਖੋਗੇ ਤੁਸੀਂ ਦਿੱਤੇ ਗਏ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣਾ ਇਹ ਤੁਹਾਡੀ ਬੁੱਕ ਦੇ ਵਿੱਚ ਤੁਸੀਂ ਵਾਕ ਕੀਤੇ ਹੋਣੇ ਹੈ ਪਹਿਲਾ ਵਾਕ ਹੈ ਨਿਯਮ ਦੂਸਰਾ ਹੈ ਪਾਣੀ ਮੈਂ ਤੁਹਾਨੂੰ ਬੋਲ ਕੇ ਦੱਸ ਦੇਣਾ ਤੁਸੀਂ ਆਪਣੇ ਆਪ ਕਰ ਲੈਣਾ ਸਾਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਦੂਸਰਾ ਪਾਣੀ ਪਾਣੀ ਦੀ ਸੰਭਾਲ ਕਰੋ ਪਾਣੀ ਦੀ ਸੰਭਾਲ ਕਰੋ ਤੇ ਫਿਰ ਚੱਲੇ ਇਹ ਜਿਹੜੇ ਕੁਐਸਚਨ ਹੈਗੇ ਆ ਮਹਾਰਾਜਾ ਕਿਸ ਸਮੇਂ ਪੇਸ਼ ਬਦਲ ਕੇ ਆਇਆ ਦੂਸਰਾ ਖਿੜੀ ਹੋਈ ਸਰੋਦਾ ਰੰਗ ਕਿਹੋ ਜਿਹਾ ਸੀ ਮਕੜੀ ਵਾਰ-ਵਾਰ ਕੀ ਕੋਸ਼ਿਸ਼ ਕਰ ਰਹੀ ਸੀ ਚੌਥਾ ਦਾਦੀ ਮਾਂ ਅਨੁਸਾਰ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ ਪੰਜਵਾਂ ਚੌਂਕਾਂ ਵਿੱਚ ਬੱਤੀਆਂ ਕਿਉਂ ਲਾਈਆਂ ਜਾਂਦੀਆਂ ਹਨ ਉਸ ਤੋਂ ਬਾਅਦ ਮਾਈਂਡ ਮੈਪਿੰਗ ਹੈ ਮਾਈਂਡ ਮੈਪਿੰਗ ਦੇ ਵਿੱਚ ਰੁੱਖਾਂ ਨਾਲ ਸੰਬੰਧਿਤ ਤੁਸੀਂ ਚਾਰ ਵਰਡ ਲਿਖਣੇ ਆ ਜਿਹਦੇ ਵਿੱਚ ਕੀ ਰੁੱਖਾਂ ਤੋਂ ਮਿਲਦੀ ਹੈ ਲੱਕੜੀ ਰੁੱਖਾਂ ਤੋਂ ਸਾਨੂੰ ਦਵਾਈਆਂ ਵੀ ਮਿਲਦੀਆਂ ਹਨ ਜੜੀ ਬੂਟੀਆਂ ਤੇ ਹੋਰ ਰੁੱਖਾਂ ਤੋਂ ਫਲ ਵੀ ਮਿਲਦੇ ਹਨ ਤੇ ਲਾਸਟ 10 ਨੰਬਰ ਸੁੰਦਰ ਰਾਈਟਿੰਗ ਦੇ ਇੱਥੇ ਜਿਹੜਾ ਇਹ ਪੇਪਰ ਪੂਰਾ ਕੰਪਲੀਟ ਹੋ ਜਾਂਦਾ ਹੈ ਸਾਰੇ ਬੱਚੇ ਇਸ ਪੇਪਰ ਨੂੰ ਜਰੂਰ ਲਰਨ ਕਰੋ ਇਹਦੇ ਨਾਲ ਤੁਹਾਨੂੰ ਕਾਫੀ ਪੇਪਰ ਦੇ ਵਿੱਚ ਹੈਲਪ ਮਿਲੇਗੀ ਸੈਂਪਲ ਪੇਪਰ 2 ਵੀ ਆਪਾਂ ਜਲਦੀ ਅਪਲੋਡ ਕਰਾਂਗੇ ਤੇ ਅਧਿਆਪਕ ਸਾਥੀ ਇਸ ਨੂੰ ਬੱਚਿਆਂ ਦੇ WhatsApp ਗਰੁੱਪ ਵਿੱਚ ਜਰੂਰ ਸ਼ੇਅਰ ਕਰੋ ਤਾਂ ਜੋ ਬੱਚੇ ਘਰ ਤੋਂ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨੂੰ ਪ੍ਰਪੇਅਰ ਕਰਕੇ ਆਉਣ ਥੈਂਕ ਯੂ